ਹਾਂਜੀ, ਗੁੱਡ ਮਾਰਨਿੰਗ ਸਾਰਿਆਂ ਨੂੰ। ਕੀ ਹਾਲ ਚਾਲ ਨੇ ਸਾਰਿਆਂ ਦਾ? ਠੀਕ ਠਾਕ। ਆਪਾਂ ਦਸਤਾਰ ਬੰਨਾਂਗੇ, ਮੇਰੇ ਸਾਹਮਣੇ ਬਲੈਕ ਹੀ ਬੰਨਾਂਗੇ। ਸੋ ਦਸਤਾਰ 'ਤੇ ਆਪਾਂ ਬੰਨ ਲਈ ਆ, ਅਤੇ ਆਪਣੇ ਨਾਲ ਇੱਕ ਵੀਰ ਜਾਵੇਗਾ। ਆਪਣੇ ਨਾਲ ਇੱਕ ਵੀਰ ਆ ਰਿਹਾ, ਉਹ ਮੇਰਾ ਕਲਾਸ ਫੈਲੋ ਹੀ ਆ, ਉਹਨੇ ਤੁਹਾਨੂੰ ਬੁਲਾਉਂਦੇ ਹਾਂ। ਅਸੀਂ ਆਪਾਂ ਜਾ ਰਹੇ ਹਾਂ ਅੰਮ੍ਰਿਤਸਰ, ਅਤੇ ਉੱਧਰ ਦੀਪ ਨੂੰ ਵੀ ਨਾਲ ਲਵਾਂਗੇ। ਲਓ ਜੀ, ਸਾਡਾ ਵੀਰ ਆ ਚੁੱਕਾ ਸਕੂਟੀ 'ਤੇ, ਇਹਨੂੰ ਘਰ ਭੁੱਲ ਗਿਆ ਇਹਨੂੰ। ਲਓ ਜੀ, ਆਪਣਾ ਵੀਰ ਆ ਚੁੱਕਾ, ਆਪਣਾ ਕਲਾਸਮੇਟ ਰਿਹਾ। ਅਮਨ ਭਾਅ ਜੀ, ਕੀ ਹਾਲ ਜੇ? ਠੀਕ ਠਾਕ ਜੇ? ਇਹ ਮੇਰਾ ਵੀਰ ਮੇਰੇ ਨਾਲ ਪੜ੍ਹਦਾ ਰਿਹਾ, ਹੁਣ ਘੱਟ ਤੋਂ ਘੱਟ 4-5 ਸਾਲ ਬਾਅਦ ਆਪਾਂ ਨੂੰ ਮਿਲਿਆ, ਅਤੇ ਹੁਣ ਇਹਨੂੰ ਲੈ ਕੇ ਅੱਜ ਘੁੰਮਾਵਾਂਗੇ ਆਪਾਂ ਅੰਮ੍ਰਿਤਸਰ, ਅਤੇ ਨਾਲੇ ਇਹਦਾ ਖਰਚਾ ਕਰਾਵਾਂਗੇ ਥੋੜ੍ਹਾ ਬਹੁਤ। ਸਕੂਟੀ ਲਾਵਾਂਗੇ ਭਾਈ ਜੀ ਹੁਣੇ, ਜਿੱਥੇ ਆਪਾਂ ਜਾਵਾਂਗੇ ਮੋਟਰਸਾਈਕਲ 'ਤੇ। ਲਓ ਜੀ, ਆਪਾਂ ਹੋ ਗਏ ਰੈਡੀ, ਦੀਪ ਮਠਾਰੂ ਨੂੰ ਨਾਲ ਲੈ ਲਿਆ ਆਪਾਂ, ਕਿਉਂਕਿ ਸਾਡੇ ਭਾਅ ਜੀ ਹੋਣੀ ਨਾਲ ਅੱਜ ਥੋੜ੍ਹੀ ਬਹੁਤ ਸਪੋਰਟ ਕਰਨਗੇ, ਅਤੇ ਰਸਤੇ ਸਾਰੇ ਪੁੱਟੇ ਆ, ਅਤੇ ਤੋਰ ਕੇ ਖੜਨਾ ਪੈਣ ਡਿਆ ਵੀਰ ਨੂੰ ਹੈ ਨਾਲ। ਉਹਨੇ ਵੀ ਕਹਿਣਾ ਮੈਂ ਚੰਗਾ ਇੰਨਾ ਘੁਆਇਆ, ਮੈਨੂੰ ਤਰ੍ਹਾਂ ਤਰ੍ਹਾਂ ਮਾਰਨ ਡੇ। ਲਓ ਜੀ, ਪੁੱਟਦੇ ਪੁੱਟਦੇ ਵੀਰ ਲੈ ਵੀ ਸੜਕਾਂ ਸਾਰੀਆਂ ਪੁੱਟਤੀਆਂ। ਸੋ ਆਪਾਂ ਬਹਿ ਚੁੱਕੇ ਹਾਂ ਗੱਡੀ ਦੇ ਵਿੱਚ, ਅਤੇ ਅੱਜ ਘੁੰਮਾਂਗੇ ਅੰਮ੍ਰਿਤਸਰ ਖਾਲਸਾ ਕਾਲਜ। ਲਓ ਜੀ, ਆਪਾਂ ਪਹੁੰਚ ਚੁੱਕੇ ਖੰਡ ਵਾਲੇ ਚੌਂਕ, ਖੰਡਾ ਚੌਂਕ ਆ ਜੀ, ਛਿਆੜਾ ਖੰਡਾ ਚੌਂਕ ਅੱਗੇ ਆ ਜੀ, ਆਪਾਂ ਪਹੁੰਚ ਗਏ ਛਿਆੜਾ ਚੌਂਕ। ਛਿਆੜਾ ਚੌਂਕ ਦੇ ਵਿੱਚ ਇੱਥੇ ਇੱਕ ਬੰਦੇ ਦੀ ਵੇਟ ਹੋ ਰਹੀ ਆ, ਦੇਖਦੇ ਹਾਂ ਇੱਥੇ ਆਉਂਦਾ ਕਿ ਨਹੀਂ ਆਉਂਦਾ ਉਹ। ਲਓ ਜੀ, ਮੂਸੇ ਵਾਲਾ ਜਿਹੜਾ ਲਾਸਟ ਗਾਣਾ ਆਇਆ ਸੀ, ਇਸ ਜਗ੍ਹਾ 'ਤੇ ਸ਼ੂਟ ਹੋਇਆ ਸੀ ਦਾ ਲਾਸਟ ਰਾਈਡ। ਹਾਂਜੀ ਜੀ, ਕਿਸੇ ਕੰਮ ਵਾਸਤੇ ਆਪਾਂ ਅੰਮ੍ਰਿਤਸਰ ਗਏ ਸੀ, ਅਤੇ ਉਹ ਖਾਲਸਾ ਕਾਲਜ ਸਾਡੇ ਕੋਲ ਨਹੀਂ ਜਾਇਆ ਗਿਆ, ਉਹਦੇ ਵਾਸਤੇ ਸੋਰੀ। ਅਤੇ ਉਹ ਵੀਰ ਆਇਆ ਸੀ ਆਪਣੇ ਮਿਲਣ, ਉਹਨੂੰ ਕੰਮ ਸੀ ਜ਼ਰੂਰੀ, ਅਤੇ ਉਹਦੇ ਨਾਲ ਮੈਂ ਗਿਆ ਸੀ, ਅਤੇ ਸੋਰੀ ਤੁਹਾਨੂੰ ਦੱਸਣਾ ਭੁੱਲ ਗਏ ਕਿ ਆਪਾਂ ਇੱਕ ਨਾ LED ਨੂੰ ਸਮਾਰਟ ਕਰਨ ਵਾਸਤੇ ਨਾ ਇੱਕ ਡੋਂਗਲ ਟੈਪ ਲੈ ਕੇ ਆਏ ਹਾਂ, ਜਿਵੇਂ ਕੁਛ ਇੱਕ ਬੋਕਸ ਵਾ ਛੋਟਾ ਜਿਹਾ, ਮਤਲਬ ਵਾਈਫਾਈ ਨਾਲ ਕਨੈਕਟ ਕਰਕੇ, ਅਤੇ ਸਮਾਰਟ ਬਣ ਸਕਦੀ ਹੈ। ਅਤੇ ਵੇਖਦੇ ਹਾਂ, ਪ੍ਰੋਜੈਕਟ ਲੈ ਕੇ ਆਏ ਹਾਂ, ਵੇਖਦੇ ਸਕਸੈਸਫੁਲ ਹੁੰਦਾ ਕਿ ਨਹੀਂ ਹੁੰਦਾ। ਹੁਣ ਮੈਂ ਫਿਰ ਦੇਖਿਆ ਕਰੂੰਗੀ, ਠੀਕ ਆ, ਨਾਟਕ ਜਿਵੇਂ ਫਿਲਮ ਕੋਈ ਸੌਂਗ। ਇਹ ਆਪਣੀ ਜਿਹੜੀ ਹੈਗੀ ਨਾ LED ਸਮਾਰਟ ਨਹੀਂ, ਵੇਖਦੇ ਹਾਂ ਸਮਾਰਟ ਬਣ ਕੇ ਇਹਨੂੰ ਹੁਣ ਅਸੀਂ ਸਮਾਰਟ ਕਰਾਂਗੇ। LED ਸਰ ਤੁਸੀਂ ਦੇਖ ਹੀ ਰਹੇ, ਕਾਫੀ ਟਾਈਮ ਹੋ ਗਿਆ, ਬਹੁਤ ਹੀ ਪੁਰਾਣੀ ਆ, ਅਤੇ ਹੁਣ ਵੇਖੋ ਇਹ ਕੰਮ ਕਰਦੀ ਹੈ ਕਿ ਨਹੀਂ, ਇਹ ਜਿਹੜੀ ਲੈ ਕੇ ਆਏ ਆ ਜੋ ਵੀ ਇਹਦੇ 'ਤੇ ਹੈਗੇ, ਮੈਨੂੰ ਜਾਚ ਆ, ਹੁਣ ਲਾ ਕੇ ਦੇਖਣਗੇ ਬਣਦੀ ਗੱਲ ਕਿ ਨਹੀਂ। ਧਿਆਨ ਨਾਲ ਲਾਇਓ ਵੀ ਆਰ ਮੂਟ ਹੁੰਦਾ ਨਾ ਉਹਦੇ ਵਰਗਾ ਹੀ, ਸੇਮ ਜਿੱਦਾਂ ਪਹਿਲਾਂ ਨਹੀਂ ਆ ਉਹਦੇ ਵਰਗਾ। ਅੱਜ ਆ ਧੋਤੇ ਮੈਂ ਘੋੜੇ ਨਿੱਕੇ ਨਿੱਕੇ, ਇਹ ਲਿਆਂਦੇ ਸੀ ਮੇਰੇ ਸਹੁਰਾ ਸਾਹਿਬ ਜੀ ਨੇ, ਉਹਨਾਂ ਨੇ ਲਿਆਂਦੇ ਸੀ, ਉਹ ਤਾਂ ਆਪ ਤਾਂ ਹੈ ਨਹੀਂ ਕਿ ਉਹਨਾਂ ਦੀ ਯਾਦਗਿਰੀ ਪਈ ਹੋਈ ਹੈ, ਅਤੇ ਅੱਜ ਮੈਂ ਇਹਨਾਂ ਨੂੰ ਸਾਫ਼ ਕੀਤਾ ਹੈ ਸਰਫ ਦੇ ਨਾਲ, ਬਹੁਤ ਹੀ ਘੱਟਾ ਇਹਨਾਂ ਦੇ ਉੱਪਰ ਪਿਆ ਸੀ। ਧਿਆਨ ਨਾਲ ਕਰੰਟ ਨਾ ਪਵਾ ਲਿਓ, ਇਹਦਾ ਹੁਣ ਕੰਮ ਖਤਮ, ਇਹ ਲਾ ਤਾ ਆਪਾਂ ਬਾਬਾ ਜੀ ਹੁਣ ਚੱਲ ਜੇ ਬਸ, ਫਿਰ ਖੁਸ਼ੀ ਹੋਣੀ ਮਨ ਨੂੰ ਜੇ ਚੱਲ ਗਿਆ। ਜੇ ਤੁਸੀਂ ਕਾਮਯਾਬ ਹੋ ਗਏ ਨਾ ਇਹਦੇ ਵਿੱਚ ਫਿਰ ਬਹੁਤ ਹੀ ਵਧੀਆ, ਜੇ ਨਾ ਕਾਮਯਾਬ ਹੋਏ ਤਾਂ ਫਿਰ ਕੀ ਸਮਝਿਆ ਜਾਵੇ।
ਫਿਰ ਨਿੱਲ ਫਿਰ ਨਿੱਲ ਤੇ ਜੇ ਕਾਮਯਾਬ ਹੋ ਗਏ ਕੀ ਕਹਿੰਦੇ ਨੇ ਇੰਟੈਲੀਜੈਂਟ ਇੰਟੈਲੀਜੈਂਟ ਬੱਚਾ ਗੁੱਡ ਫਿਰ ਗੁੱਡ ਦਿੱਤੀ ਜਾਊ ਹਣੀ ਨੂੰ ਧਿਆਨ ਨਾ ਲੱਭ ਗਿਆ ਪੇਜ ਦੱਸ ਇਹ ਹੁਣ ਖੋਲਣਾ ਪਊਗਾ ਸਲੈਬ ਲਾਉਣੀ ਪਊਗੀ ਕਰੰਟ ਨਾ ਪਵਾ ਲਿਆ ਧਿਆਨ ਨਾ ਕਰਿਓ ਓਏ ਉੱਪਰ ਹੁਣ ਕੋਈ ਚੀਜ਼ ਨਾ ਡਿੱਗ ਜੇ ਨਾਲੇ ਇਹ ਸਲੈਬ ਸਗੋਂ ਥੋੜ੍ਹੀ ਵੱਡੀ ਬਣਾਉਣੀ ਚਾਹੀਦੀ ਸਮਾਨ ਤੇ ਉੱਪਰ ਆ ਜਾਇਆ ਕਰੇ ਹੈ ਨਾ ਚਲੋ ਕੋਈ ਨਹੀਂ ਅੱਛਾ ਉੱਪਰ ਲਾ ਤੀ ਆ ਉੱਪਰ ਡੱਬੀ ਜੀ ਉੱਪਰ ਲਾ ਤੀ ਆਪਾਂ ਐਲ ਪੱਤੀਆਂ ਉਹ ਤਾਂ ਕਿਹਨੂੰ ਬੋਲਦੇ ਐਲ ਪੱਤੀਆਂ ਕਮਰੇ ਦੇ ਵਿੱਚ ਹੀ ਕੀ ਕੋਈ ਉਹ ਕੋਈ ਸਾਈਨ ਨਹੀਂ ਨਿਕਲਦੇ ਮੈਨੂੰ ਕਈ ਵਾਰ ਨਾ ਕੱਲੀ ਨੂੰ ਬੜਾ ਹਾਸਾ ਆਉਂਦਾ ਲਓ ਜੀ ਸਰ ਜੀ ਨੇ ਕਾਪੀ ਖੋਲ ਲਈ ਆ ਉਹ ਤਾਂ ਟਾਈਮ ਕਿੰਨਾ ਹੋ ਗਿਆ ਵਾ ਰਾਤ ਪਈ ਹੋਈ ਆ ਸਰ ਜੀ ਕਾਪੀ ਖੋਲ ਕੇ ਬਹਿ ਗਏ ਨਾ ਰਿਮੋਟ ਫੜਿਆ ਆਪਾਂ ਚਲਾ ਹੀ ਦਿੱਤੀ ਆ ਹੰਬ ਹਾਰ ਕੇ ਐਲ ਈ ਡੀ ਚੱਲ ਗਈ ਆ ਅੱਗੇ ਦੇਖਦੇ ਹੁਣ ਕੀ ਬਣਦਾ ਵਾ ਤੁਸੀਂ ਨਹੀਂ ਬੋਲਦੇ ਬਣੂ ਗੱਲ ਲਓ ਜੀ ਚਲਾ ਤਾਂ ਆਪਾਂ ਦਿੱਤਾ ਵਾਈਫਾਈ ਦੇ ਨਾਲ ਕਨੈਕਟ ਕਰਤਾ ਸਮਾਰਟ ਬਣਾਤਾ ਵਾ ਪਰ ਥੋੜ੍ਹੀ ਜਿਹੀ ਕਨਫਿਊਜ਼ਨ ਹੋ ਰਹੀ ਆ ਅਜੇ ਵੀ ਪਰ ਉਹ ਜਿਹਾ ਕਲੀਅਰ ਚੱਲ ਨਹੀਂ ਰਿਹਾ ਵੈਸੇ ਚਲੋ ਠੀਕ ਜੇ ਵਲੋਗ ਕਿੱਦਾਂ ਲੱਗਾ ਕਮੈਂਟਾਂ ਜ਼ਰੂਰ ਦੱਸਿਓ ਮਿਲਦੇ ਨੈਕਸਟ ਵਲੋਗ ਦੇ ਵਿੱਚ ਬਾਏ ਟਾਈਮ ਹੋ ਗਿਆ 11:30 ਦਾ